साधु जी आया नू वेलकम ताडा धन्नवाद तुसी कीमती टाइम कढ के आए हो। असि एक्चुअली कल भी करनी चाहुंदे सी प्रिंसीपल, कल साडी मीटिंग बीते कल पंजाब दे सारे साडे डी डी पी ओ साहब जिहड़े ओह असि सदे सीगे ते लंबी समीक्षा इसे थां ते बैठे असीं चार पांच घंटे ला के, क्योंकि असीं अनाउंस कीता सीगा कि जिहड़ी पिछले साल असी ग्राम पंचायतों दियां जिहड़ियां जमीना शामलदार जमीना जिन्हां ते लोकां ने कब्जे किए सीगे, रसूखदार लोकां ने कब्जे किए सीगे, ओह जमीना छडाउण लई पिछले साल जिहड़ी मुहिम कीती सीगी ਉਹਦਾ ਬੰਦਾ ਸੀ 9030 ਏਕੜ ਜਿਹੜੀ ਜ਼ਮੀਨ ਐਕਚੁਅਲੀ ਉਹ 9400 ਏਕੜ ਸੀ, ਪਰ ਇੱਕ ਤੇ ਉਹ ਥੋੜਾ ਸਟੇ ਹੋ ਗਿਆ ਵਿੱਚ, ਪਰ 9030 ਏਕੜ ਪਿਛਲੇ ਸਾਲ ਅਸੀਂ ਜਿਹੜਾ ਉਹ ਜ਼ਮੀਨ ਛਡਾ ਕੇ ਦਿੱਤੀ, ਮਤਲਬ ਜਿਹੜੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ। ਇਹ ਜਿਹੜੀ ਮੁਹਿੰਮ ਹੈ ਇਹ ਅਸੀਂ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪਿਛਲੇ ਸਾਲ ਵੀ ਸ਼ੁਰੂ ਕੀਤੀ ਸੀਗੀ ਤੇ ਐਤਕਾਂ ਵੀ ਅਸੀਂ ਇਸ ਮੁਹਿੰਮ ਨੂੰ ਸ਼ੁਰੂ ਕਰਨ ਲੱਗਿਆ ਆਪਣੇ ਸੀਐਮ ਸਾਹਿਬ ਦੀ ਆਸ਼ੀਰਵਾਦ ਲਈ ਸੀਗੀ। ਅਸੀਂ ਇਸ ਮੁਹਿੰਮ ਨੂੰ 1 ਤਰੀਕ ਤੋਂ ਦੂਸਰਾ ਗੇਟ ਸੀਗਾ ਇਹ, ਅਸੀਂ 1 ਮਈ ਤੋਂ ਕਰਨਾ ਚਾਹੁੰਦੇ ਸੀ, ਪਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਵਿੱਚ ਜਲੰਧਰ ਦੀ ਇਲੈਕਸ਼ਨ ਆ ਗਈ, ਉਹਦੇ ਕਰਕੇ ਅਸੀਂ ਇਹ ਮੁਹਿੰਮ ਦੁਬਾਰਾ 14 ਮਈ ਤੋਂ ਸ਼ੁਰੂ ਕੀਤੀ ਸੀਗੀ। ਅਸੀਂ ਸਾਰੀਆਂ ਜਿਹੜੀਆਂ ਕਾਨੂੰਨੀ ਤੌਰ ਤੇ ਜਿਹੜੀ ਜ਼ਮੀਨ ਇਸ ਵੇਲੇ ਰੈਡੀ ਟੂ ਗੋ ਕਹਿੰਦੇ ਜਿਹਦੇ ਛੜਾ ਸਕਦੇ ਸੀ ਅਸੀਂ, ਉਹ ਸਾਰਾ ਅਨੈਲਿਸਿਸ ਕਰਕੇ ਅਸੀਂ 14 ਮਈ ਤੋਂ ਦੂਸਰੇ ਗੇੜ ਦੀ ਜਿਹੜੀ ਪੰਚਾਇਤੀ ਜ਼ਮੀਨ ਛੁਡਾਉਣ ਲਈ ਮਤਲਬ ਜਿਹੜਾ ਆਪਣੀ ਮੁਹਿੰਮ ਸ਼ੁਰੂ ਕੀਤੀ, ਤੇ ਅਸੀਂ ਪਿਛਲੇ 3-4 ਦਿਨ ਚ 469 ਏਕੜ ਜ਼ਮੀਨ ਜਿਹੜੀ ਆ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਅਸੀਂ ਇਹ ਛੁਡਾਈ ਹੈ। ਔਰ ਇਹ ਅੱਜ ਜਿਹੜੀ ਤੁਹਾਨੂੰ ਅਸੀਂ ਗੱਲ ਕਹਿਣ ਲੱਗੇ ਹਾਂ ਜਾਂ ਤੁਹਾਨੂੰ ਜਿਹੜਾ ਮੇਨ ਪੁਆਇੰਟ ਲਈ ਸੱਦਿਆ ਜੋ ਕੁਛ ਅਸੀਂ ਕੱਲ ਤੈਅ ਕੀਤਾ, ਅੱਜ ਤੁਸੀਂ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦਾ ਟਵੀਟ ਵੀ ਪੜਿਆ, ਇਹਦੇ ਚ ਸਭ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਇਹ ਹੈ ਕਿ 6 ਦਿਨ ਚ ਜਿਹੜੀ ਅਸੀਂ ਲੋਕਾਂ ਨੂੰ ਪਿਛਲੇ ਸਾਲ ਅਪੀਲ ਕੀਤੀ, ਐਤਕਾਂ ਵੀ ਸਾਡੇ ਅਫਸਰਾਂ ਨੇ ਜਾ ਕੇ ਸਾਡੇ ਡੀ ਡੀ ਪੀ ਓ ਬੀ ਡੀ ਓ ਨੇ ਜਾ ਕੇ ਕਨਵਿੰਸ ਕੀਤਾ ਲੋਕਾਂ ਨੂੰ ਕਿ 199 ਏਕੜ ਜ਼ਮੀਨ ਜਿਹੜੀ ਹੈ ਉਹ ਲੋਕਾਂ ਨੇ ਪਿਛਲੇ 4 ਦਿਨ ਚ ਆਪ ਛੱਡਤੀ, ਵੀ ਲਓ ਜੀ ਅਸੀਂ ਮਤਲਬ ਜਿਹੜਾ ਇਹ ਛੱਡ ਦਿੰਦੇ ਹਾਂ। ਇਹ ਸਾਡੀ ਬਹੁਤ ਵੱਡੀ ਪ੍ਰਾਪਤੀ ਸੀਗੀ ਕਿ ਲੋਕ ਆਪ ਜਿਹੜੇ ਜ਼ਮੀਨਾਂ ਛੱਡ ਰਹੇ ਸੀਗੇ, ਔਰ ਅੱਜ ਵੀ ਤੁਹਾਡੇ ਥਰੂ ਪੂਰੇ ਪੰਜਾਬੀਆਂ ਨੂੰ ਇਹ ਸੱਦਾ ਦੇਣ ਮੈਂ ਜਾ ਰਿਹਾ ਕਿ ਪੰਜਾਬ ਤੁਹਾਡਾ, ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ, ਇਹ ਜ਼ਮੀਨਾਂ ਜਿਹੜੀਆਂ ਪੰਜਾਬ ਦੀਆਂ ਜ਼ਮੀਨਾਂ ਕਿਸੇ ਦੀ ਜਿਹੜੀ ਜੱਦੀ ਜਾਇਦਾਦ ਨਹੀਂ ਹੈ। ਮੈਂ ਪੰਜਾਬੀਆਂ ਨੂੰ ਅੱਜ ਫਿਰ ਅਪੀਲ ਕਰਨ ਲੱਗਾ, ਅੱਜ ਸਵੇਰੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਟਵੀਟ ਵੀ ਕੀਤਾ, ਅਸੀਂ ਅਪੀਲ ਕਰਨੀ ਚਾਹੁੰਦੇ ਹਾਂ ਕਿ ਤੁਸੀਂ ਇਹ ਜਿਹੜੀ ਅਸੀਂ ਮੁਹਿੰਮ ਸ਼ੁਰੂ ਕੀਤੀ ਹੈ, ਇਸ ਮੁਹਿੰਮ ਦੇ ਦੌਰਾਨ ਜਿਹੜਾ ਜਿਹੜਾ ਵੀ ਵਿਅਕਤੀ ਜਿਹੜਾ ਜਿਹੜਾ ਵੀ ਜਿਹਦੇ ਵੀ ਇਹ ਜ਼ਮੀਨ ਜਗ੍ਹਾ ਦੱਬੀ ਹੈ ਉਹ 31 ਮਈ ਤੱਕ ਇਹਨੂੰ ਮਤਲਬ ਜਿਹੜਾ ਛੱਡ ਦੇਵੇ, 31 ਮਈ ਤੱਕ ਉਹ ਆਪਣੇ ਆਪ ਹੀ ਛੱਡ ਦੇਣ। ਪਿਛਲੇ ਵਾਰ ਵੀ ਜਦੋਂ ਸੀਐਮ ਸਾਹਿਬ ਨੇ ਅਪੀਲ ਕੀਤੀ ਸੀਗੀ, ਪਿਛਲੀ ਵਾਰ ਅਸੀਂ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਵੀ ਦਿੱਤੇ, ਅਪੀਲ ਵੀ ਕੀਤੀ ਆ, ਸਾਡੇ ਮਾਨਯੋਗ ਮੁੱਖ ਮੰਤਰੀ ਇੰਨੇ ਹਰਮਨ ਪਿਆਰੇ ਆ ਲੋਕਾਂ ਦੇ ਵਿੱਚ, ਉਹਨਾਂ ਦੀ ਅਪੀਲ ਦੇ ਉੱਤੇ 3396 ਏਕੜ ਜ਼ਮੀਨ ਪਿਛਲੇ ਸਾਲ ਵੀ ਲੋਕਾਂ ਨੇ ਆਪ ਛੱਡੀ ਸੀਗੀ, ਤੇ ਅੱਜ ਵੀ ਇਹ ਅਪੀਲ ਕਰ ਰਿਹਾ ਮੈਂ ਕਿ 31 ਮਈ ਤੱਕ ਜਿਹੜਾ ਵੀ ਬੰਦਾ ਆਪਣੇ ਆਪ ਜ਼ਮੀਨ ਜਿਹੜੀ ਛੱਡੂਗਾ ਉਹਦੇ ਤੇ ਅਸੀਂ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਂਗੇ, ਕਿਉਂਕਿ ਕਈ ਲੋਕਾਂ ਕੋਲ ਇਹ ਜ਼ਮੀਨ ਦੱਬੀ ਨੂੰ 30-30 ਸਾਲ ਹੋ ਗਏ, 20-20 ਸਾਲ ਹੋ ਗਏ, 10-10 ਸਾਲ ਹੋ ਗਏ ਆ, ਤੇ ਅਸੀਂ ਪਿਛਲੇ ਸਾਲ ਵੀ ਕਿਹਾ, ਅੱਜ ਵੀ ਇਹ ਬੇਨਤੀ ਕਰਨ ਲੱਗੇ ਹਾਂ ਕਿ ਮੇਰੇ ਭਰਾਓ 31 ਤਰੀਕ ਤੱਕ ਜਿਹਦੇ ਕੋਲ ਜ਼ਮੀਨ ਆ ਆਪਣੇ ਆਪ ਕਰ ਦੋ, ਜਿਹੜਾ ਨਹੀਂ ਛੱਡੂਗਾ 1 ਜੂਨ ਤੋਂ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਇਹ ਜ਼ਮੀਨਾਂ ਜਿਹੜੀਆਂ ਅਸੀਂ ਛੁਡਾ ਰਹੇ ਹਾਂ, ਅਸੀਂ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਜਿਹੜਾ ਮਜਬੂਰ ਹੋਵਾਂਗੇ। ਅਸੀਂ ਜ਼ਮੀਨ ਹਰ ਹਾਲਤ ਛੁਡਾਉਣੀ ਆ, ਭਾਵੇਂ 2 ਮਰਲੇ ਆ, 4 ਮਰਲੇ ਆ, ਕਿਤੇ ਕਨਾਲ ਆ, ਕਿਤੇ ਜਿਹੜੀ 10 ਕਿੱਲੇ ਆ, 20 ਏਕੜ ਆ, ਕਈਆਂ ਥਾਵਾਂ ਤੇ 100-100 ਏਕੜ ਆ, ਅਸੀਂ ਇਹ ਜ਼ਮੀਨ ਹਰ ਹੀਲੇ ਮੇਰੇ ਮਤਲਬ ਮਹਿਕਮੇ ਦਾ ਮੇਰੇ ਨਾਲ ਸਾਡੇ ਪ੍ਰਿੰਸੀਪਲ ਸੈਕਟਰੀ ਕੇਸ਼ਵ ਪ੍ਰਸਾਦ ਜੀ ਬੈਠੇ ਆ, ਇੱਧਰ
डायरेक्टर बैठे आ सरदार गुरप्रीत सिंह खेड़ा जी बैठे आ, साडे जैन डायरेक्टर जिहड़े शामलाट सैल नूं देखदे आ, जगिंदर संधू जी बैठे आ, इधर भी जगिंदर संधू जी जैन डायरेक्टर बैठे आ। साडे महकमे दा तय आ जी, मुख्यमंत्री जी दी दिशा दे अनुसार साडा तय आ कि जिन्नी भी जमीन आ पंजाब दे विच जिहड़ी नजायज कब्जां दे विच आ ओहनूं असीं छडाउणा ही छडाउणा, ओहदी कानूनी प्रक्रिया असीं पूरी कर रहे आ। साडे कोल बहुत सारी लैंड आ पर ऐलका जिहड़ी असीं मिथी आ जिहड़ी 10 जून तक ही छडाउणा चाहुंदे आ, क्योंकि 10 जून तो झोने दा सीजन जिहड़ा लगणा झोना शुरू हो जाएगा। असीं 10 जून तक कल बैठ के जिहड़ी लकेट कीती जिहदे लई कब्जा वारंट जारी कीते आ ਉਹ 6000 ਏਕੜ ਜ਼ਮੀਨ ਹੈ ਜਿਹੜੀ 10 ਜੂਨ ਤੱਕ ਅਸੀਂ ਖਾਲੀ ਕਰਾ ਲਾਂਗੇ, ਜਿਹਦੇ ਬਿਲਕੁਲ ਕੋਈ ਮਤਲਬ ਜਿਹੜਾ ਪੇਪਰ ਦੀ ਲੋੜ ਨਹੀਂ। ਸਾਡੇ DDPO ਸਾਹਿਬ ਜਿਹੜੀ ਸਾਡੇ ਮਹਿਕਮੇ ਦੀ ਕੋਰਟ ਹੁੰਦੀ ਆ ਉਹਨਾਂ ਨੇ ਮਤਲਬ ਜਿਹੜੇ ਉਹਦੇ ਕਬਜ਼ਾ ਵਾਰੰਟ ਜਾਰੀ ਕਰਤੇ ਆ। ਔਰ ਸਭ ਨੂੰ ਬੇਨਤੀ ਆ ਕਿ ਤੁਸੀਂ ਛੱਡ ਦਿਓ, 6000 ਜ਼ਮੀਨ ਜਿਹੜੀ ਹੈ ਉਹ ਅਸੀਂ 10 ਜੂਨ ਤੱਕ ਹੋਰ ਜਿਹੜੀ ਛਡਾਵਾਂਗੇ। ਬਾਕੀ ਜ਼ਮੀਨ ਵੀ ਜਿਹੜੀ ਹੈ, ਬਾਕੀ ਜਿਹੜੇ ਜ਼ਮੀਨ ਸਾਡੇ ਕੋਲ ਬਹੁਤ ਹੈ, 20-25 ਹਜ਼ਾਰ ਏਕੜ ਹੈ, ਪਰ ਬਹੁਤ ਸਾਰੇ ਕੇਸ ਸੁਪਰੀਮ ਕੋਰਟ ਚੱਲ ਰਹੇ, ਬਹੁਤ ਸਾਰੇ ਕੇਸ ਹਾਈ ਕੋਰਟ ਚੱਲ ਰਹੇ, ਬਹੁਤ ਸਾਰੇ ਕੇਸ ਸਾਡੇ ਮਹਿਕਮੇ ਦੀਆਂ ਕੋਰਟਾਂ ਚ ਚੱਲ ਰਹੇ ਲੋਕਾਂ ਦੇ। ਜੋ ਜੋ ਕੇਸ ਜਿਹੜੇ ਆ, ਜੋ ਜੋ ਕੇਸਾਂ ਦਾ ਨਿਪਟਾਰਾ ਹੋਈ ਜਾਂਦਾ, ਜੋ ਜੋ ਕਾਨੂੰਨ ਸਾਨੂੰ ਆਗਿਆ ਦੇਈ ਜਾਂਦਾ, ਕਿਉਂ ਕਿਉਂ ਅਸੀਂ ਆਪਣੀ ਕਾਰਵਾਈ ਕਰੀ ਜਾਂਦੇ ਹਾਂ। ਇੱਕ ਤਾਂ ਮਤਲਬ ਇਹ ਆ ਕਿ ਅਸੀਂ ਕਿਤੇ ਵੀ ਅਸੀਂ ਗੈਰ ਕਾਨੂੰਨੀ ਕੰਮ ਨਹੀਂ ਕਰਾਂਗੇ, ਅਸੀਂ ਆਪਣੇ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ। ਦੂਜੀ ਗੱਲ, ਕਿਸੇ ਦਾ ਘਰ ਨਹੀਂ ਢਾਇਆ ਜਾਊਗਾ, ਕਿਸੇ ਵੀ ਬੰਦੇ ਦਾ, ਚਾਹੇ ਉਹਨੇ ਬਣਾ ਲਿਆ ਕੁਛ ਵੀ ਆ। ਕੁਛ ਲੋਕ ਬਿਨਾਂ ਕਿਸੇ ਗੱਲ ਤੋਂ ਪ੍ਰਚਾਰ ਕਰਨ ਲੱਗਦੇ, ਨਾ ਅਸੀਂ ਪਿਛਲੇ ਸਾਲ ਹੀ ਕਿਸੇ ਦੇ ਬੂਹੇ ਬਾਰੀ ਨੂੰ ਘਰ ਨੂੰ ਕਿਤੇ ਕਿਸੇ ਹੱਥ ਨਹੀਂ ਲਾਇਆ, ਨਾ ਅਸੀਂ ਐਲਕਾ ਲਾਉਣਾ। CM ਸਾਹਿਬ ਨੇ ਸਾਨੂੰ ਸਪਸ਼ਟ ਨਿਰਦੇਸ਼ ਦੇ ਵੀ ਕਿਸੇ ਗਰੀਬ ਦਾ, ਕਿਸੇ ਕਿਸਾਨ ਦਾ ਕੋਈ ਘਰ ਨਹੀਂ ਢਾਉਣਾ। ਬਸ ਸਭ ਨੂੰ ਬੇਨਤੀ ਕਰਦੀ ਆ, ਪਰ ਦੇਖੋ ਇੰਨਾ ਟਾਈਮ ਹੋ ਗਿਆ ਤੇ ਜੇ ਹੁਣ ਕੋਈ ਨਹੀਂ ਗੱਲ ਮੰਨੂਗਾ, 31 ਮਈ ਤੱਕ ਨਹੀਂ ਛੱਡੂਗਾ, ਤੇ ਫਿਰ ਲਾਜ਼ਮੀ ਸਰ ਅਸੀਂ 1 ਜੂਨ ਤੋਂ ਮਤਲਬ ਜਿਹੜਾ ਉਹ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਾਂਗੇ। ਸਭ ਨੂੰ ਬੇਨਤੀ ਆ ਕਿ ਪੰਜਾਬ ਤੁਹਾਡਾ ਇਹ ਜ਼ਮੀਨ, ਪਿਛਲੇ ਸਾਲ ਦੇਖੋ ਅਸੀਂ ਇੰਨੀ ਜ਼ਮੀਨ ਛੜਾਈ ਆ, ਇਹ ਜੇ ਅਸੀਂ ਇਹਦੀ ਮਾਰਕੀਟ ਵੈਲਿਊ ਜਿਹੜੀ ਤੈਅ ਕੀਤੀ ਪਿਛਲੇ ਸਾਲ 9,030 ਏਕੜ ਜ਼ਮੀਨ ਜਿਹੜੀ ਆ, ਇਹਦਾ ਅਸੀਂ ਮਤਲਬ 30 ਲੱਖ ਨਾ, ਮਤਲਬ ਐਵਰੇਜ ਕੰਡੀ ਹਾਲੇ ਬਹੁਤ ਜ਼ਮੀਨ ਮਹਿੰਗੀ ਆ, ਸ਼ਹਿਰਾਂ ਦੇ ਲਾਗੇ ਆ, ਪਰ ਕਈ ਜ਼ਮੀਨਾਂ ਮਤਲਬ ਦਰਿਆਵਾਂ ਦੇ ਲਾਗੇ ਵੀ ਆ। ਤੇ ਸਮਝ ਲਓ ਤੁਸੀਂ ਅਸੀਂ 2709 ਕਰੋੜ ਦੀ ਜ਼ਮੀਨ ਪਿਛਲੇ ਸਾਲ ਸਰਕਾਰ ਨੂੰ ਛੁਡਾ ਕੇ ਦਿੱਤੀ ਆ, 2709 ਕਰੋੜ ਦੀ। ਇਹ ਮਤਲਬ ਛੋਟੀ ਗੱਲ ਨੀ ਹੈ, ਸਰਕਾਰ ਦੀ ਆਮਦਨ ਦੇ ਵਿੱਚ ਇੰਨਾ ਵੱਡਾ ਅਸੀਂ, ਸਾਡੇ ਮਹਿਕਮੇ ਦੇ, ਸਾਡੀ ਟੀਮ ਨੇ ਇੰਨਾ ਵੱਡਾ ਜਿਹੜਾ ਵਾਧਾ ਕੀਤਾ। ਤੇ ਐਲਕਾ ਵੀ ਅਸੀਂ ਇੱਥੇ ਲਗਭਗ ਜਿਹੜਾ ਅਸੀਂ ਇਹਦੇ ਲਾਗੇ ਚਾਗੇ ਪਹੁੰਚ ਜਾਣਾ, ਕਿਉਂਕਿ ਜ਼ਮੀਨਾਂ ਜਿਹੜੇ ਲਾਟ ਅਸੀਂ ਦੇਖੇ ਆ ਉਹ ਮੋਸਟਲੀ ਸ਼ਹਿਰਾਂ ਦੇ ਲਾਗੇ, ਉਹ ਜ਼ਮੀਨਾਂ ਬਹੁਤ ਮਹਿੰਗੀਆਂ। ਸੋ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ, ਤੁਹਾਡੇ ਥਰੂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿਹਦੇ ਜਿਹਦੇ ਕੋਲ, ਜਿਸ ਭਰਾ ਦੇ ਕੋਲ ਵੀ ਕੋਈ ਜ਼ਮੀਨ ਜਿਹੜੀ ਆ ਕਿਸੇ ਨੇ ਦੱਬੀ ਆ, ਉਹ ਜ਼ਮੀਨ ਆਪਣੇ ਆਪ 31 ਮਈ ਨੂੰ ਛੱਡ ਦੇ। ਅਸੀਂ 31 ਮਈ ਤੋਂ ਬਾਅਦ ਸਾਡੀਆਂ ਬਹੁਤ ਸਾਰੀਆਂ, ਕੱਲ ਅਸੀਂ ਜਿਹੜੀਆਂ ਮਤਲਬ ਰੱਖੀਆਂ, ਕੱਲ DDPO ਦੇ ਨਾਲ ਮੀਟਿੰਗਾਂ ਕਰਕੇ ਜਿਹੜੀਆਂ ਡੇਟਾਂ ਵੀ ਰੱਖੀਆਂ ਅਸੀਂ ਕਬਜ਼ੇ ਲੈਣ ਦੀਆਂ, ਉਹ ਅਸੀਂ 30 ਮਈ ਜ਼ਿਆਦਾਤਰ DDPO ਦੇ ਡੇਟਾਂ ਲਈਆਂ ਕਿ 30 ਨੂੰ ਆਹ ਕਬਜ਼ਾ ਛੁੱਟ ਜੂ ਜੀ, 30 ਨੂੰ ਆਹ ਛੁੱਟ ਜੂਗਾ। ਪਰ ਤਾਹੀਓ ਅਸੀਂ 31 ਮਈ ਅੱਜ CM ਸਾਹਿਬ ਨੇ ਵੀ ਐਲਾਨ ਕੀਤਾ, ਤੇ ਮੈਂ ਵੀ ਆਪਣੇ ਮਹਿਕਮੇ ਦੇ ਅਫਸਰਾਂ ਦੀ ਹਾਜ਼ਰੀ ਚ ਤੁਹਾਡੇ ਨਾਲ ਆਪਣੇ CM ਸਾਹਿਬ ਦੀ ਹਾਂ ਦਾ ਹਾਂ ਲਾਉਂਦੇ ਹੋਏ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਨੂੰ ਮੰਨਦੇ ਹੋਏ ਇਹ ਕਹਿਣਾ ਚਾਹੁੰਦਾ ਕਿ ਅਸੀਂ ਇਹ ਜ਼ਮੀਨਾਂ ਜਿਹੜੀਆਂ ਛਡਾਵਾਂਗੇ। ਟਾਈਮ ਲੱਗ ਸਕਦਾ ਕਿਉਂਕਿ ਕੋਰਟ ਕਚਹਿਰੀਆਂ ਦਾ ਕੰਮ ਆ, ਅਸੀਂ ਕਿਤੇ ਧੱਕਾ ਨਹੀਂ ਕਰਨਾ ਚਾਹੁੰਦੇ, ਕਿਤੇ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰਨਾ ਚਾਹੁੰਦੇ, ਪਰ ਨਾਲ ਬੇਨਤੀ ਵੀ ਕਰਨਾ ਚਾਹੁੰਦੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਪਿਛਲੇ ਸਾਲ ਸਾਡੇ ਮਾਣਯੋਗ ਮੁੱਖ ਮੰਤਰੀ ਦੀ ਅਪੀਲ ਮੰਨੀ, ਜਿਹੜੀ ਅਪੀਲ ਦੇ ਨਾਲ 3396 ਏਕੜ ਜ਼ਮੀਨ ਛੁੱਟੀ, ਉਹਨਾਂ ਸਭ ਲੋਕਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਆਪ ਇਹ ਜ਼ਮੀਨ ਸਾਨੂੰ ਦਿੱਤੀ, ਛੱਡਦੀ ਵੀ ਆ ਲਓ ਜੀ ਸਾਡੇ ਮੁੱਖ ਮੰਤਰੀ ਸਾਹਿਬ ਦੀ ਅਪੀਲ ਤੇ। ਹੁਣ ਵੀ ਮੇਰੀ ਬੇਨਤੀ ਹੈ ਕਿ ਉਹਨਾਂ ਨੇ ਅਪੀਲ ਅੱਜ ਪੜ੍ਹ ਲਈ ਹੋਊਗੀ, ਟਵੀਟ ਕੀਤਾ ਮਾਨ ਸਾਹਿਬ ਨੇ, ਉਹਨਾਂ ਨੇ ਅਪੀਲ ਪੜ੍ਹ ਲਈ ਹੋਊਗੀ, ਉਹਨਾਂ ਦੀ ਅਪੀਲ ਨੂੰ ਮੈਂ ਤੁਹਾਡੇ ਮੀਡੀਆ ਦੇ ਥਰੂ ਪੰਜਾਬੀਆਂ ਤੋਂ ਜਿਹੜੀ ਰੱਖ ਰਿਹਾ ਕਿ ਤੁਸੀਂ ਵੱਲ ਜਿਹੜੀ 31 ਮਈ ਤੱਕ ਇਹ ਜ਼ਮੀਨਾਂ ਛੱਡ ਦਿਓ, ਅਸੀਂ ਫਿਰ ਨਹੀਂ ਤਾਂ ਆਪਣੀ ਸਖ਼ਤ ਕਾਨੂੰਨੀ ਕਾਰਵਾਈ ਕਰਾਂਗੇ। ਇਹ ਮੈਂ ਤੁਹਾਡੇ ਥਰੂ ਜਿਹੜਾ ਮੈਸੇਜ, ਜਿਹੜਾ ਸੁਨੇਹਾ, ਜਿਹੜਾ ਆਪਣੇ ਪਿਆਰੇ ਪੰਜਾਬੀਆਂ ਨੂੰ ਪੰਜਾਬ ਦੇ ਹਿੱਤ ਵਾਸਤੇ, ਪੰਜਾਬ ਨੂੰ ਰੰਗਾ ਪੰਜਾਬ ਬਣਾਉਣ ਵਾਸਤੇ, ਪੰਜਾਬ ਨੂੰ ਉਹੀ ਪੰਜਾਬ ਬਣਾਉਣਾ ਜਿਹੜਾ ਪਹਿਲਾਂ ਪੰਜਾਬ ਸੀਗਾ, ਤਾਂ ਹੀ ਬਣੂਗਾ ਜੇ ਸਾਡੀਆਂ
ਨਜਾਇਜ਼ ਜ਼ਮੀਨਾਂ ਜਿਨ੍ਹਾਂ ਤੇ ਕਬਜ਼ੇ ਕੀਤੇ ਆ, ਜੇ ਪਿੰਡਾਂ ਦਾ ਵਿਕਾਸ ਕਰਨਾ, ਜੇ ਪਿੰਡਾਂ ਦੀ ਆਮਦਨ ਵਧਾਉਣੀ ਆ, ਤੇ ਉਹ ਜਿਹੜੀਆਂ ਵਾਹੀ ਯੋਗ ਜ਼ਮੀਨਾਂ ਸਾਡੀਆਂ ਪੰਚਾਇਤਾਂ ਦੀਆਂ ਜਿਹੜੀਆਂ ਜ਼ਮੀਨਾਂ ਉਹ ਜ਼ਮੀਨਾਂ ਨੂੰ ਛੱਡਿਆ। ਜਿਹੜਾ ਮਾਨ ਸਾਹਿਬ ਨੇ ਟਵੀਟ ਕੀਤਾ, ਉਹਨਾਂ ਨੇ ਇਹ ਵੀ ਕਿਹਾ ਕਿ ਜੇ ਕਿਸੇ ਕੋਈ ਜੰਗਲਾਤ ਦੀ ਆ, ਹੋਰ ਵੀ ਕੋਈ ਸਰਕਾਰੀ ਜ਼ਮੀਨ ਆ, ਉਹ ਵੀ ਸਾਡੇ 31 ਤੱਕ ਦੇਖਦਾ। ਮਾਨ ਸਾਹਿਬ ਨੇ ਉਹਨਾਂ ਦੀ ਵੀ ਤਿਆਰ ਕਰਤਾ ਵੀ ਅਸੀਂ ਜੰਗਲਾਤ ਵੀ ਸਰਕਾਰ ਦੀਆਂ ਦੂਜੀਆਂ ਜ਼ਮੀਨਾਂ ਜਿਹੜੀਆਂ ਉਹ ਸਾਰੀਆਂ ਜ਼ਮੀਨਾਂ ਜਿਹੜੀਆਂ ਆਪਾਂ ਛੱਡਾਵਾਂਗੇ। ਤੁਹਾਡੇ ਥਰੂ ਮੈਂ ਪੰਜਾਬੀਆਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਸੀਗਾ। ਜੇ ਕੋਈ ਤੁਹਾਡਾ ਸਵਾਲ ਹੈ ਤਾਂ ਤੁਸੀਂ ਕਰ ਸਕਦੇ।